ਆ ਕੁੜੀਆਂ ਦੇ ਨਾਲ ਕਿਸ ਤਰ੍ਹਾਂ ਮਰਡਰ ਕਰਨ ਤੋਂ ਬਾਅਦ ਉੱਥੋਂ ਫਰਾਰ ਹੋ ਜਾਂਦੇ। ਸਾਡੇ ਨਾਲ ਚੇਅਰਪਰਸਨ ਨੇ ਮਹਿਲਾ ਰਾਜ ਕਮਿਸ਼ਨ ਦੀ। ਮੈਡਮ, ਕਿਉਂਕਿ ਇਹ ਪਹਿਲਾ ਮਾਮਲਾ ਨਹੀਂ, ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਵਾਰਦਾਤਾਂ ਹੋਈਆਂ। ਅੱਜ ਦਾ ਮਾਮਲਾ ਬੜੇ ਹੀ ਕਹਿ ਸਕਦੇ ਬੇਰਹਿਮੀ ਦੇ ਨਾਲ ਮਰਡਰ ਕੀਤਾ ਗਿਆ, ਤੁਸੀਂ ਵੀ ਦੇਖਿਆ, ਕਿਸ ਤਰ੍ਹਾਂ ਤੁਸੀਂ ਸੁਮੋਟੋ ਲੈ ਰਹੇ ਹੋ ਤੋਂ ਹੁਣ ਤੱਕ ਦੀ ਕੋਈ ਗੱਲਬਾਤ ਹੋਈ ਅਫਸਰਾਂ ਨਾਲ? ਦੇਖੋ, ਬਹੁਤ ਹੀ ਦੁਖਦਾਈ ਘਟਨਾ ਹੈ। ਕੁਝ ਦਿਨ ਪਹਿਲਾਂ ਵੀ ਇਹ ਗੱਲ ਹੋਈ ਹੈ, ਇਸ ਤਰੀਕੇ ਦੇ ਨਾਲ ਬੜੀ ਬੇਰਹਿਮੀ ਦੇ ਨਾਲ ਇੱਕ ਕੁੜੀ ਦਾ ਮਰਡਰ ਕੀਤਾ ਗਿਆ। ਅੱਜ ਫੇਰ ਜਿਹੜਾ ਪਰਲ ਇਨ ਹੋਟਲ ਹੈਗਾ ਕੋਈ ਫੇਸ 1 ਦੇ ਅੰਦਰ, ਉੱਥੇ ਉਹਦਾ ਮਰਡਰ ਕਰਕੇ ਉਹ ਮੁੰਡਾ ਭੱਜ ਗਿਆ ਆ। ਮਤਲਬ ਮੈਂ ਇਹ ਸੋਚਦੀ ਕਿ ਸਾਡਾ ਸਮਾਜ ਜਿਹੜਾ ਆ ਇਹ ਕਿਸ ਤਰੀਕੇ, ਕਿਸ ਦੌਰ ਦੀ ਤਰਫ ਤੋਂ ਚੱਲਿਆ ਜਾ ਰਿਹਾ। ਮੈਂ ਦੋ ਤਰੀਕੇ ਦੇ ਨਾਲ ਦੇਖਦੀ ਹਾਂ ਇਸ ਚੀਜ਼ ਨੂੰ। ਇੱਕ ਤਾਂ ਮੈਂ ਦੇਖਦੀ ਹਾਂ ਕਿ ਜਿਹੜੇ ਯੰਗ ਬੱਚੇ ਨੇ ਉਹਨਾਂ ਚ ਇੱਕ ਤਾਂ ਫਰਸਟ੍ਰੇਸ਼ਨ ਲੈਵਲ ਬਹੁਤ ਜ਼ਿਆਦਾ ਹੋ ਰਿਹਾ। ਇੱਕ ਹੈਗਾ ਕਿ ਜਾਂ ਤਾਂ ਉਹਨਾਂ ਦੀ ਅਨਇੰਪਲੋਇਮੈਂਟ ਹੈ ਔਰ ਉਹਨਾਂ ਨੂੰ ਕੋਈ ਡਾਇਰੈਕਸ਼ਨ ਹੀ ਨਹੀਂ ਹੈਗੀ ਲਾਈਫ ਦੇ ਅੰਦਰ। ਕਿਉਂਕਿ ਜੇ ਉਹਨਾਂ ਦੇ ਕੋਲ ਇੰਪਲੋਇਮੈਂਟ ਹੈ, ਕੋਈ ਡਾਇਰੈਕਸ਼ਨ ਹੈ, ਕੋਈ ਐਜੂਕੇਸ਼ਨ ਹੈ, ਉਹ ਇੱਕ ਏਮ ਨੂੰ ਲੈ ਕੇ ਚੱਲਦੇ ਨੇ ਕਿ ਲਾਈਫ ਦਾ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਗੁਜ਼ਾਰਾ ਕਰਨਾ। ਇੱਕ ਹੈਗਾ ਕਿ ਇਸ ਟਾਈਮ ਦੇ ਉੱਤੇ ਯੂਥ ਜਿਹੜਾ ਉਹ ਜਿਹੜਾ ਡਾਇਰੈਕਸ਼ਨਲੈਸ ਹੈ ਔਰ ਇਸ ਤਰੀਕੇ ਦੇ ਨਾਲ ਇਹ ਬੱਚੇ ਆਪਸ ਦੇ ਵਿੱਚ ਕਿਸੇ ਸੰਬੰਧਾਂ ਚ ਪੈ ਜਾਂਦੇ ਨੇ। ਜਦੋਂ ਇੱਕ ਤਰਫ ਤਾਂ ਕਿ ਕਈ ਵਾਰੀ ਇੱਕ ਤਰਫਾ ਵੀ ਹੋ ਜਾਂਦਾ ਆ ਤੇ ਕਈ ਵਾਰੀ ਉਹ ਜਿਹੜੀ ਰਿਲੇਸ਼ਨਸ਼ਿਪ ਆ ਥੋੜੀ ਜਿਹੀ ਟਾਈਮ ਦੇ ਲਈ ਹੁੰਦੀ ਆ, ਉਸ ਤੋਂ ਬਾਅਦ ਫਲੈਟ ਹੋ ਜਾਂਦੀ ਉਹ ਚੀਜ਼। ਤੇ ਇਹ ਜਿਹੜੀ ਚੀਜ਼ ਹੈ ਨਾ ਇਹ ਬਹੁਤ ਹੀ ਦੁਖਦਾਈ ਘਟਨਾ। ਮੈਂ ਸੋਮੋਟੋ ਲਿਆ ਇਹਦੇ ਉੱਤੇ ਤੇ ਦੇਖਦੇ ਹਾਂ ਕਿ ਪੁਲਿਸ ਦੀ ਜਿਹੜੀ ਇਨਕੁਆਇਰੀ ਦੇ ਵਿੱਚ ਕੀ ਰਿਪੋਰਟ ਆਉਂਦੀਆਂ ਨੇ। ਤੁਹਾਨੂੰ ਲੱਗਦਾ ਹੈ ਕਿਉਂਕਿ ਜਿਹੜੇ ਮੋਹਾਲੀ ਦੇ ਪੰਜ ਫੇਸ 'ਚ ਤੁਸੀਂ ਵੀ ਉੱਥੇ ਗਏ ਸੀਗੇ, ਫੈਮਿਲੀ ਨੂੰ ਮਿਲੇ ਸੀਗੇ, ਅੱਜ ਦਾ ਵੀ ਕੇਸ ਹੈ, ਇਹ ਬੜਾ ਹੀ ਬੇਖੌਫ ਤਰੀਕੇ ਦੇ ਨਾਲ, ਯਾਨੀ ਕਿ ਕਿਸੇ ਦਾ ਡਰ ਨਹੀਂ, ਉਸ ਟਾਈਮ ਵੀ ਸੀਸੀਟੀਵੀ ਵੀ ਸਾਹਮਣੇ ਆਈ ਸੀ, ਅੱਜ ਵੀ ਬੜੇ ਹੋਟਲ 'ਚ ਜਿਹੜਾ ਮਰਡਰ ਕਰਕੇ ਭੱਜਿਆ ਬੜੀ ਬੇਰਹਿਮੀ ਦੇ ਨਾਲ, ਕਾਫੀ ਸਟਬਲ ਜਿਹੜੇ ਜਿਹੜਾ ਹੈਗਾ ਉਹ ਕਾਫੀ ਸਟੈਬਿੰਗ ਕੀਤੀ ਹੋਈ ਹੈ, ਤਾਂ ਕਿਸ ਤਰ੍ਹਾਂ ਇਹ ਸਾਈਕੋ ਕਿਲਰ ਕਹਾਂਗੇ ਇਹਨੂੰ, ਜਾਂ ਫਿਰ ਜਿੱਦਾਂ ਤੁਸੀਂ ਕਿਹਾ ਕਿ ਕੋਈ ਡਾਇਰੈਕਸ਼ਨ ਜਿਹੜੀ ਹੈਗੀ ਉਹ ਨਹੀਂ? ਇਹ ਨਾ ਇੱਕ ਜਿਹੜੀ ਤੁਹਾਨੂੰ ਫਰਸਟ੍ਰੇਸ਼ਨ ਲੈਵਲ ਬਹੁਤ ਹਾਈ ਹੈ। ਇੱਕ ਜਿਹੜਾ ਮੈਂ ਇਹ ਦੇਖਦੀ ਹਾਂ ਕਿ ਜਿਹੜੇ ਹੁਣ ਜਿਹੜਾ ਪਰਲ ਇਨ ਹੋਟਲ ਫੇਸ 1 ਚ ਹੋਇਆ ਆ, ਇੱਕ ਸਾਨੂੰ ਇਹਦੇ ਵੱਲ ਵੀ ਧਿਆਨ ਦੇਣਾ ਚਾਹੀਦਾ ਕਿ ਜਿਹੜੇ ਇਹੋ ਜਿਹੇ ਛੋਟੇ ਛੋਟੇ ਮਸ਼ਰੂਮ ਹੋਟਲਸ ਆਏ ਹੋਏ ਨੇ, ਇਹਨਾਂ ਦੇ ਅੰਦਰ ਰੈਜ਼ੀਡੈਂਸ਼ੀਅਲ ਏਰੀਆ ਆ, ਇਹ ਜਿਹੜਾ ਇਹ ਕਿੰਨਾ ਗਲਤ ਪ੍ਰਭਾਵ ਪੈਂਦਾ। ਦੇਖੋ, ਇੱਕ ਤਾਂ ਹੈਗਾ ਕਿ ਕੁੜੀਆਂ ਮੁੰਡੇ ਜਾ ਕੇ ਕਮਰਾ ਲੈ ਲੈਂਦੇ ਨੇ ਇੱਕ ਦਿਨ ਲਈ, ਦੋ ਦਿਨ ਦੇ ਲਈ। ਇਸ ਹੋਟਲ ਦੇ ਉੱਤੇ ਚੈੱਕਸ ਕੌਣ ਰੱਖਦਾ ਆ ਕਿ ਕੌਣ ਹੈ ਜਿਹੜੇ ਬੰਦੇ ਚੈੱਕ ਇਨ ਹੋ ਰਹੇ ਨੇ, ਚੈੱਕ ਆਊਟ ਹੋ ਰਹੇ ਨੇ, ਜਾਂ ਸਾਡਾ ਪ੍ਰਸ਼ਾਸਨ ਵੀ ਜਿਹੜਾ ਆ ਇਹ ਇਹਨਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਨਜ਼ਰ ਰੱਖਦਾ ਕਿ ਇਹ ਜਿਹੜੇ ਮਸ਼ਰੂਮ ਹੋਟਲਸ ਬਣੇ ਹੋਏ ਨੇ ਇਹ ਲਾਇਸੈਂਸ ਹੈਗੇ ਨੇ, ਕੌਣ ਚਲਾ ਰਿਹਾ, ਕਿਵੇਂ ਚਲਾ ਰਿਹਾ, ਕਿੰਨੇ ਲੋਕੀ ਜਿਹੜੇ ਇਹਦੇ ਅੰਦਰ ਜਿਹੜੇ ਚੈੱਕ ਇਨ ਹੁੰਦੇ ਨੇ ਕੌਣ ਨੇ ਉਹ ਲੋਕੀ, ਕਿਸੇ ਦਾ ਕੋਈ ਡਰ ਕੋਈ ਪੈ ਹੋਣਾ ਚਾਹੀਦਾ ਇਸ ਦੇ ਅੰਦਰ। ਇਸ ਨੂੰ ਲੈ ਕੇ ਵੀ ਪੁਲਿਸ ਅਧਿਕਾਰੀਆਂ ਨਾਲ ਤੁਸੀਂ ਗੱਲਬਾਤ ਕਰ ਰਹੇ ਹੋ, ਕਿਉਂਕਿ ਇਸ ਤਰ੍ਹਾਂ ਦੇ ਕਈ ਮਾਮਲੇ ਆਏ ਜਿੱਦਾਂ ਤੁਸੀਂ ਜਿਹੜਾ ਚੱਕਿਆ ਕਿ ਰੈਸੀਡੈਂਸ ਏਰੀਆ ਦੇ ਵਿੱਚ ਮਲਟੀਪਲ ਹੋਟਲਸ ਨੇ, ਗੈਸਟ ਹਾਊਸ ਨੇ ਜਿਹਦੇ ਵਿੱਚ ਆ ਕੇ ਲੈਂਦੇ, ਹਾਲਾਂਕਿ ਆਈ ਡੀ ਵੀ ਕਈ ਵਾਰ ਨਹੀਂ ਦਿੰਦੇ, ਜਿਸ ਤਰ੍ਹਾਂ ਦੀ ਚੀਜ਼ਾਂ ਨੂੰ ਲੈ ਕੇ। ਤੁਸੀਂ ਦੇਖੋ ਕਿੰਨੀ ਆਸਾਨੀ ਦੇ ਨਾਲ ਕੋਈ ਬੰਦਾ ਇੱਕ ਰੂਮ ਬੁੱਕ ਕਰ ਲੈਂਦਾ ਇੱਕ ਦਿਨ ਲਈ, ਦੋ ਦਿਨ ਦੇ ਲਈ, ਕੋਈ ਬੈਗੇਜ ਨਹੀਂ ਹੈ, ਕੋਈ ਕੁਛ ਨਹੀਂ ਉਹਨਾਂ ਦੇ ਲਈ, ਹੈਨਾ। ਇਹਦੇ ਉੱਤੇ ਕੌਣ ਚੈੱਕ ਇਨ ਕਰ ਸਕਦਾ? ਇਹ ਤਾਂ ਹੋਟਲ ਦੇ ਪ੍ਰਸ਼ਾਸਨ ਦੇ ਉੱਤੇ ਵੀ ਇੱਕ ਸਵਾਲ ਖੜਾ ਹੁੰਦਾ ਕਿ ਵੀ ਤੁਸੀਂ ਜਦੋਂ ਇਹਨੂੰ ਚੈੱਕ ਇਨ ਕਰਵਾਇਆ ਵੀ ਸੀ, ਤੁਸੀਂ ਕੋਈ ਇਹਨਾਂ ਦੀ ਆਈਡੈਂਟੀਫਿਕੇਸ਼ਨ ਦੇਖੀ ਆ, ਕਿਉਂ ਆਏ ਨੇ, ਕਿੱਥੋਂ ਆਏ ਨੇ, ਕੀ ਕਰ ਰਹੇ ਨੇ? ਤੇ ਇਹ ਜਿਹੜਾ ਇਹ ਚੈੱਕ ਕਰਨ ਦਾ ਇੱਕ ਮਾਮਲਾ ਬਹੁਤ ਜ਼ਰੂਰੀ ਹੈ। ਰੈਜ਼ੀਡੈਂਸ਼ੀਅਲ ਏਰੀਆ ਦੇ ਅੰਦਰ ਇਹ ਛੋਟੇ ਛੋਟੇ ਮਸ਼ਰੂਮ ਹੋਟਲਸ ਜਿਹੜੇ ਨੇ ਨਾ, ਕਮਰਸ਼ੀਅਲ ਐਕਟੀਵਿਟੀ ਜਿਹੜੀ ਬਣ ਜਾਂਦੀ ਹੈ, ਮੇਰੇ ਖਿਆਲ ਦੇ ਨਾਲ ਇਹਦੇ ਉੱਤੇ ਚੈੱਕ ਪਾਉਣਾ ਚਾਹੀਦਾ ਇਹਦੇ ਅੰਦਰ। ਐਂਡ ਦੂਜਾ ਹੈਗਾ ਕਿ ਜਦੋਂ ਕੋਈ ਘਟਨਾ ਇਹੋ ਜਿਹੀ ਹੁੰਦੀ ਆ, ਜਿਵੇਂ ਪਿਛਲੇ ਦਿਨ ਹੋਈ ਸੀ ਘਟਨਾ ਪੰਜ ਫੇਸ ਦੇ ਅੰਦਰ, ਲੋਕੀ ਖੜੇ ਦੇਖਦੇ ਰਹਿੰਦੇ ਨੇ, ਬਿਲਕੁਲ ਕੋਈ ਸੈਂਸਿਟਿਵਨੈਸ ਤਾਂ ਹੈ ਹੀ ਨਹੀਂ ਰਹੀ। ਲੋਕੀ ਖੜੇ ਦੇਖਦੇ ਆ, ਕਿਸੇ ਤਰ੍ਹਾਂ ਦਾ ਕੋਈ ਖੁਦ ਕਿਉਂ ਨਹੀਂ ਐਫਰਟ ਕਰਦਾ, ਜਾਂ ਫਿਰ ਕੋਈ ਜਿਹੜਾ ਇੱਕ ਡਰਾਉਣ ਦੀ ਕੋਸ਼ਿਸ਼ ਨਹੀਂ ਕਰਦਾ? ਜੇ ਫੇਜ 1 ਦੀ ਅਸੀਂ ਪੇਜ 5 ਦੀ ਗੱਲ ਕਰੀਏ, ਉੱਥੇ ਵੀ ਜੇਕਰ ਕੋਈ ਆਉਂਦਾ ਤਾਂ ਸ਼ਾਇਦ ਕੁੜੀ ਦੀ ਜਾਨ ਬਚ ਸਕਦੀ। ਮੈਂ ਬਿਲਕੁਲ ਇਸ ਚੀਜ਼ ਦੀ ਸਹਿਮਤੀ ਕਰਦੀ ਹਾਂ। ਜਦੋਂ ਪਿਛਲੀ ਵਾਰੀ ਵੀ ਹੋਈ ਸੀ ਤਾਂ ਵੀ ਮੈਂ ਦੇਖਿਆ ਕਿ ਕਾਰ ਵੀ ਨਿਕਲੀ ਹੈ, ਇੱਕ ਛੋਟਾ ਟਰੱਕ ਵੀ ਨਿਕਲਿਆ ਆਇਆ ਸੀਗਾ ਉਹਦੇ ਅੰਦਰ। ਜੇ ਉਹ ਬੰਦਾ ਥੋੜਾ ਜਿਹਾ ਵੀ ਸੋਚਦਾ ਕਿ ਇੱਕ ਕੁੜੀ ਨੂੰ ਮਾਰਿਆ ਜਾ ਰਿਹਾ, ਉਹਦੀਆਂ ਲੱਤਾਂ 'ਚ ਮਾਰ ਦਿੰਦਾ, ਮੁੰਡੇ ਨੂੰ ਥੱਲੇ ਸੁੱਟ ਲੈਂਦਾ,
ਕਮ ਸੇ ਕਮ ਕੁੜੀ ਤੇ ਬਚ ਜਾਂਦੀ। ਹੁਣ ਇਹਦੇ ਚ ਮੈਂ ਦੇਖ ਰਹੀ ਹਾਂ ਜਿਹੜਾ ਇਹ ਹੋਟਲ ਦੇ ਅੰਦਰ ਕੋਈ ਮਰਡਰ ਕਰਕੇ ਨਿਕਲ ਗਿਆ, ਕੋਈ ਡਰ ਹੀ ਨੀ ਕਿਸੇ ਵੀ ਚੀਜ਼ ਦਾ, ਕੀ ਹੋਇਆ ਕੀ ਨਹੀਂ ਹੋਇਆ। ਇੱਕ ਜਿਹੜੀ ਸੈਂਸਿਟਿਵਨੈਸ ਹੁੰਦੀ ਹੈ ਨਾ ਸਮਾਜ ਦੇ ਅੰਦਰ, ਉਹ ਬਿਲਕੁਲ ਖਤਮ ਹੁੰਦੀ ਜਾ ਰਹੀ ਹੈ। ਇਹ ਜਿਹੜੀ ਚੀਜ਼ ਹੈ ਇਹ ਕੋਈ ਪੜ੍ਹਾ ਨਹੀਂ ਸਕਦਾ, ਸਿਖਾ ਨਹੀਂ ਸਕਦਾ, ਲੇਕਿਨ ਜਿਹੜੀ ਇਹ ਸਮਾਜ ਦੇ ਅੰਦਰ ਆਪਣੇ ਆਪ ਕੁਛ ਜਿਹੜੀ ਹੁੰਦੀ ਹੈ ਬੰਦਿਆਂ ਨੂੰ ਸਮਝਣੀ ਚਾਹੀਦੀ ਹੈ ਇਸ ਚੀਜ਼ ਨੂੰ। ਪਰ ਮੈਨੂੰ ਲੱਗਦਾ ਕਿ ਜਿਹੜਾ ਫਰਸਟ੍ਰੇਸ਼ਨ ਲੈਵਲ ਸਾਡੇ ਯੰਗਸਟਰਸ ਆ ਗਿਆ ਨਾ, ਇਸ ਦੇ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਚੀਜ਼ ਹੈ।